ਦਰਸ਼ਕੋ, ਇਸ ਵੇਲੇ ਅਸੀਂ ਗੱਲਬਾਤ ਕਰ ਰਹੇ ਹਾਂ ਸਰਦਾਰ ਜਸਬੀਰ ਸਿੰਘ ਪੱਟੀ, ਜੋ ਕਿ ਪੰਜਾਬ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਨੇ। ਔਰ ਤੁਸੀਂ ਵੇਖਿਆ ਹੋਊਗਾ ਕਿ 25 ਤਰੀਕ ਨੂੰ ਜਦੋਂ ਬੰਦ ਸੀ, ਜਿਸ ਦਿਨ ਲੱਗਾ ਸੀ ਪੰਜਾਬ ਬੰਦ, ਉਸ ਦਿਨ ਇੱਕ ਪੱਤਰਕਾਰ ਜੋ ਉਹਦਾ ਨਾਂ ਭੁਪਿੰਦਰ ਸਿੰਘ ਸੱਜਣ ਆ, ਉਸ 'ਤੇ ਹਮਲਾ ਹੋਇਆ ਸੀ। ਔਰ ਉਹ ਨਾਮ ਨਿਹਾਦ ਜੋ ਉੱਥੋਂ ਦੇ ਲੀਡਰ ਸੀ ਹੁਸ਼ਿਆਰਪੁਰ ਦੇ, ਤੀਕਸ਼ਣ ਸੂਦ, ਭਾਜਪਾ ਜਿਹਨਾਂ ਨੂੰ ਕਹਿੰਦੇ ਭਾਜਪਾ ਭਾਰਤੀ ਜਨਤਾ ਪਾਰਟੀ ਦੇ, ਔਰ ਉਹਨਾਂ ਨੇ ਕਾਫੀ ਉਹਨਾਂ ਨਾਲ ਵਤੀਰਾ ਬਹੁਤ ਹੀ ਬੇਰੁਖਾ ਰੱਖਿਆ, ਔਰ ਉਹਨਾਂ ਨਾਲ ਸਲੀਕਾ ਬਹੁਤ ਜ਼ਿਆਦਾ ਧੱਕੇ ਮਾਰੇ, ਔਰ ਇਹ ਬੇਇੱਜ਼ਤੀ ਕੀਤੀ ਗਈ ਆ। ਔਰ ਇਸੇ ਵਿਸ਼ੇ 'ਤੇ ਅਸੀਂ ਪ੍ਰਧਾਨ ਸਾਹਿਬ ਨਾਲ ਗੱਲ ਕਰ ਰਹੇ ਹਾਂ। ਪੱਟੀ ਸਾਹਿਬ, ਪੱਤਰਕਾਰ ਜੋ ਇੱਕ ਦੁਨੀਆ ਦਾ ਕਿਹਾ ਜਾਂਦਾ ਹੈ ਕਿ ਕਿਸੇ ਵੀ ਦੇਸ਼ ਦਾ ਉਹ ਥੰਮ ਹੁੰਦਾ ਆ, ਚੌਥਾ ਥੰਮ ਆ, ਅਤੇ ਕੀ ਇਹ ਵਾਕਈ ਇਹ ਸਹੀ ਥੰਮ ਹੁੰਦਾ ਹੈ ਜਾਂ ਹਰ ਥਾਂ 'ਤੇ ਦਿਨ ਬਦਿਨ ਅਸੀਂ ਵੇਖਦੇ ਕਿ ਇਹਨਾਂ ਨੂੰ ਰੱਦ ਹੋ ਰਿਹਾ ਆ, ਕੀ ਕਹੋਗੇ ਤੁਸੀਂ ਇਹਨਾਂ ਬਾਰੇ? ਸਭ ਤੋਂ ਮੈਂ ਜੀ ਚੰਡੀਗੜ੍ਹ ਪੰਜਾਬ ਜਨਰਲ ਐਸੋਸੀਏਸ਼ਨ ਦਾ ਪ੍ਰਧਾਨ ਜਸਬੀਰ ਸਿੰਘ ਪੱਟੀ ਜੀ। ਬੇਸਿਕਲੀ ਕੁਝ ਸਾਡੇ 'ਚ ਘਾਟਾਂ ਆ ਗਈਆਂ ਜੀ, ਅਤੇ ਕੁਝ ਸਿਆਸੀ ਆਗੂ 'ਚ ਘਾਟਾਂ ਆ ਗਈਆਂ ਜੀ। ਅੱਜ ਤੋਂ 20 ਸਾਲ ਪਹਿਲਾਂ ਸਿਆਸੀ ਆਗੂ ਦੇ ਖਿਲਾਫ਼ ਕਿਸੇ ਕੋਈ ਖਬਰ ਲੱਗਦੀ ਸੀ ਅਤੇ ਉਹ ਪੱਤਰਕਾਰ ਕੋਲ ਅੱਗੇ ਕਹਿੰਦਾ ਭਾਅ ਜੀ ਮੇਰਾ ਖਿਆਲ ਰੱਖਿਓ, ਕੋਈ ਗੱਲ ਨਹੀਂ ਜੀ, ਇਦੋਂ ਵੱਧ ਕੁਛ ਨਹੀਂ ਸੀ ਕਰਦਾ ਜੀ। ਜਿਹੜੀ ਅੱਜ ਸਿਆਸਤ ਉਹ ਧਮਕਿਆਂ ਦੀ ਜੀ ਅਤੇ ਲੁੱਟ ਮਾਰਦੀ ਰਹਿ ਗਈ ਜੀ। ਜਿਸ ਤਰੀਕੇ ਨਾਲ ਭੁਪਿੰਦਰ ਸਿੰਘ ਸੱਜਣ ਜਿਹੜੇ ਰੇਡੀਓ ASP ਦੇ ਰਿਪੋਰਟਰ ਸਨ ਜੀ, ਉਹਨਾਂ ਦਾ ਸਵਾਲ ਕੋਈ ਗਲਤ ਨਹੀਂ ਸੀਗਾ ਜੀ, ਬਿਲਕੁਲ ਵਾਜਬ ਸਵਾਲ ਸੀਗਾ ਜੀ। ਉਹਨਾਂ ਦਾ ਸਵਾਲ ਇਹ ਸੀਗਾ ਵੀ ਇੱਕ ਪਾਸੇ BJP ਜਿਹੜੀ ਆ ਹਿੰਦੁਸਤਾਨ ਦੀ ਪੈਰਵਾਈ ਕਰ ਰਹੀ ਵੀ ਅਸੀਂ ਹਿੰਦੁਸਤਾਨ ਹਿੰਦੂ ਰਾਸ਼ਟਰ ਬਣਾਉਣਾ ਸੀ ਜੀ, ਅਤੇ ਦੂਜੇ ਪਾਸੇ ਸੰਵਿਧਾਨ ਜਿਹੜਾ ਸਾਡਾ ਉਹ 'ਚ ਹਿੰਦੁਸਤਾਨ ਦਾ ਨਾਂ ਹੀ ਨਹੀਂ ਹੈਗਾ ਜੀ। ਲੇਕਿਨ ਉਹਨੇ ਸਵਾਲ ਪੁੱਛਿਆ ਵੀ ਤੁਸੀਂ ਤੀਕਸ਼ਣ ਸੂਦ ਕੀ ਜਵਾਬ ਦਿੰਦੇ? ਉਹਦਾ ਕੋਈ ਜਵਾਬ ਸੀ ਭਾਰਤ ਜੀ, ਵੀ ਅਸੀਂ ਭਾਰਤ ਸਾਡਾ ਦੇਸ਼ ਆ, ਸਾਰੇ ਅਸੀਂ ਲੋਕ ਰਹਿੰਦੇ ਹਾਂ, ਇਕੱਠੇ ਹੋ ਕੇ ਰਹਿੰਦੇ ਹਾਂ। 1947 ਦੀ ਵੰਡ ਵੇਲੇ ਜਦੋਂ ਹਿੰਦ ਪਾਕਿਸਤਾਨ ਦੀ ਵੰਡ ਹੋਈ ਆ ਤਾਂ ਉਹ ਇਸਲਾਮ ਕੰਟਰੀ ਬਣਿਆ ਸੀਗਾ ਜੀ, ਜਿਹੜਾ ਭਾਰਤ ਸੀਗਾ ਹਿੰਦੁਸਤਾਨ ਦੇ ਇੱਕ ਧਰਮ ਨਿਰਪੱਖ ਕੰਟਰੀ ਬਣਿਆ ਸੀਗਾ ਜੀ, ਜਿਹਦੇ ਕਰਕੇ ਬਹੁਤ ਸਾਰੇ ਮੁਸਲਮਾਨ ਇੱਥੋਂ ਗਏ ਨਹੀਂ ਸੀਗੇ ਜੀ। ਅੱਜ ਵੀ ਸਿਰਫ ਇੱਕ ਦੇਸ਼ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਨੂੰ ਵੱਧ ਮੁਸਲਮਾਨ ਭਾਈਚਾਰਾ ਇੱਥੇ ਇੰਡੀਆ ਦੇ ਵਿੱਚ ਰਹਿੰਦਾ ਜੀ। ਅਤੇ ਇਹ ਸਵਾਲ ਦੇ ਉੱਤੇ ਉਹਨਾਂ ਦੇ ਕੁਝ ਵਰਕਰ ਭਰ ਕੇ ਜਿਨ੍ਹਾਂ ਨੇ ਕਿ ਜੈ ਸ਼੍ਰੀ ਰਾਮ ਧੱਕੇ ਧੁੱਕੇ ਮਾਰੇ ਉਹਨੂੰ, ਅਸੀਂ ਇਸ ਘਟਨਾ ਦੀ ਰੱਜ ਕੇ ਨਿਖੇਧੀ ਕਰਦੇ ਹਾਂ ਔਰ ਨਾਲ ਮੰਗ ਕਰਦੇ ਹਾਂ ਵੀ ਜਿਹੜੇ ਇਹੋ ਜਿਹੇ ਬੰਦੇ ਹੈਗੇ ਭਾਜਪਾ ਜਿਹੜੀ ਇੱਕ ਡਿਸਿਪਲਿਨ ਪਾਰਟੀ ਮੰਨੀ ਜਾਂਦੀ ਸੀ ਕਿਸੇ ਵੇਲੇ, ਉਹਨਾਂ ਨੂੰ ਪਾਰਟੀ 'ਚੋਂ ਬਾਹਰ ਕਰਨ ਅਤੇ ਪੁਲਿਸ ਜਿਹੜਾ ਸੀ ਉਹਦੇ ਖਿਲਾਫ਼ ਜਿਹੜਾ ਵਾ ਡੈਮੋਕ੍ਰੇਸੀ 'ਤੇ ਹਮਲਾ ਕਰਨ ਦਾ ਜਿਹੜਾ ਸੀ ਉਹ ਪੱਤਰਕਾਰ 'ਤੇ ਹਮਲਾ ਕਰਨ ਦਾ ਜਿਹੜਾ ਸੀ ਉਹ ਮੁਕੱਦਮਾ ਦਰਜ ਕਰੇ। ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਤੁਹਾਡੀ BJP ਨੇ ਕੋਈ ਕਾਰਵਾਈ ਕੀਤੀ ਆ। ਜੇ ਲੋੜ ਪਈ ਤਾਂ ਅਸੀਂ ਫਿਰ ਇਹਨਾਂ ਦੇ ਪ੍ਰਧਾਨ ਦਾ ਵੀ ਘਿਰਾਓ ਕਰਾਂਗੇ ਅਤੇ ਇਹਨਾਂ ਨੂੰ ਦੱਸਾਂਗੇ ਪੱਤਰਕਾਰ ਕੀ ਹੁੰਦੇ ਆ। ਪੱਤਰਕਾਰ ਭਾਵੇਂ ਛੋਟੀ ਅਖਬਾਰ ਦਾ, ਭਾਵੇਂ ਵੱਡੀ ਅਖਬਾਰ ਦਾ, ਭਾਵੇਂ ਕਿਸੇ ਟੈਲੀਵਿਜ਼ਨ ਦਾ ਅਤੇ ਜਾਂ ਵੈਬ ਚੈਨਲ ਦਾ ਜਾਂ ਕਿਸੇ ਰੇਡੀਓ ਦਾ, ਉਹ ਪੱਤਰਕਾਰ ਆ। ਉਹ ਸਿਰਫ ਆਪਣਾ ਕੰਮ ਨਹੀਂ ਕਰ ਰਿਹਾ, ਕੋਈ ਘਰ ਦਾ ਕੰਮ ਨਹੀਂ ਕਰ ਰਿਹਾ, ਅਸਲੀ ਦੇਸ਼ ਸੇਵਕ ਉਹ ਆ, ਦੇਸ਼ ਸੇਵਾ ਕਰ ਰਿਹਾ ਵਾ। ਜੇ ਕਿਤੇ ਤੀਕਸ਼ਣ ਸੂਦ ਸਾਹਿਬ ਉੱਥੇ ਜਵਾਬ ਦੇ ਦਿੰਦੇ ਉਹਨਾਂ ਦਾ ਕੱਦ ਵਧਣਾ ਸੀ, ਉਹਨਾਂ ਦਾ ਬੁੱਤ ਵਧਣਾ ਸੀ। ਜੇ ਉਹਨਾਂ ਦੇ ਵਰਕਰਾਂ ਨੇ ਜਿਆਸਤੀ ਕੀਤੀ ਤਾਂ ਉਹਨਾਂ ਨੂੰ ਟੋਕਣਾ ਚਾਹੀਦਾ, ਉਹਨੂੰ ਵੀ ਨਹੀਂ ਵੀ ਮੇਰੇ ਨਾਲ ਗੱਲ ਹੋ ਰਹੀ, ਤੁਸੀਂ ਕੌਣ ਹੁੰਦੇ ਹੋ ਜੀ। ਜੇ ਕਹਿ ਦਿੰਦੇ ਤਾਂ ਉਹਨਾਂ ਦਾ ਸਤਿਕਾਰ ਵੀ ਵਧਣਾ ਸੀ ਪੱਤਰਕਾਰਾਂ ਦੇ ਵਿੱਚ। ਲੇਕਿਨ ਮੈਂ ਪੱਤਰਕਾਰ ਭਾਈਚਾਰੇ ਨੂੰ ਕਹੂੰਗਾ ਵੀ ਜੇ ਤੁਸੀਂ ਕੋਈ ਇਨਸਾਫ਼ ਲੈਣਾ ਵਾ ਤਾਂ ਇੱਕ ਮੰਚ ਦੇ ਇਕੱਠੇ ਹੋ ਜਾਓ, ਨਹੀਂ ਤਾਂ ਜੇ ਇੱਕ ਇੱਕ ਕਰਕੇ ਇੱਦਾਂ ਹੀ ਕੁੱਟ ਖਾਂਦੇ ਰਹੋਗੇ ਕਿ ਉਹ ਸਾਡੀ ਹਿੰਦੁਸਤਾਨ ਦੀ ਜਿਹੜੀ ਸਿਆਸਤ ਉਹ ਬਿਲਕੁਲ ਗੰਦਲੀ ਹੋ ਗਈ ਹੈ ਜੀ। ਭਾਵੇਂ ਉਹ ਦਿੱਲੀ ਦੀ ਜਾਮੀਆ ਯੂਨੀਵਰਸਿਟੀ ਹੋਵੇ, ਭਾਵੇਂ ਸ਼ਾਹੀਨ ਬਾਗ ਹੋਵੇ, ਭਾਵੇਂ JNU ਹੋਵੇ ਜਾਂ ਪੰਜਾਬ ਦੇ ਪੱਤਰਕਾਰ ਹੋਵੇ, ਅੱਜ ਦੀ ਡੇਟ ਦੇ ਵਿੱਚ ਵੀ ਕਈ ਚੈਨਲ ਜਿਹੜੇ ਆ ਉਹ ਵੇਖੋ ਜਿਹਨੂੰ ਗੋਦੀ ਮੀਡੀਆ ਬੋਦੀ ਮੀਡੀਆ ਕਹੀ ਜਾਂਦਾ, ਮੈਂ ਇਹਨਾਂ ਨਹੀਂ ਕਹਿਣਾ ਚਾਹੀਦਾ ਉਹਨੂੰ ਜੀ। ਲੇਕਿਨ ਜਿਹੜੇ ਪੱਤਰਕਾਰ ਆ ਉਹ ਆਪਣੀ ਨਿਰਪੱਖ ਆਵਾਜ਼ ਬੁਲੰਦ ਕਰਨ, ਉਹ ਦੇਸ਼ ਭਗਤੀ ਦੀ ਗੱਲ ਕਰਨ,
ਅਤੇ ਇਹ ਚੰਗੀ ਗੱਲ ਹੈ ਅਤੇ ਤੀਕ ਸਿੰਘ ਸੂਦ ਨੂੰ ਚਾਹੀਦਾ ਵੀ ਉਹ ਤੁਰੰਤ ਇਹ ਘਟਨਾ ਉੱਤੇ ਜਿਹੜਾ ਸੀ ਅਫਸੋਸ ਪ੍ਰਗਟ ਕਰਨ ਅਤੇ ਜਿਹੜੇ ਵਰਕਰਾਂ ਨੇ ਕੀਤੀ ਗਲਤੀ ਉਹ ਪੱਤਰਕਾਰ ਕੋਲ ਮਾਫ਼ੀ ਮੰਗਣ ਜੀ। ਪੱਟੀ ਸਾਹਿਬ, ਅੱਜ ਹੁਸ਼ਿਆਰਪੁਰ ਧਰਨਾ ਚੱਲ ਰਿਹਾ ਆ ਕਿ ਉਹਨਾਂ ਦੇ ਜੋ ਉਹਨਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਉਹਨਾਂ 'ਤੇ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ। ਅਗਰ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਜੇ ਪੱਤਰਕਾਰ ਯੂਨੀਅਨ ਜਾਂ ਪੱਤਰਕਾਰ ਭਾਈਚਾਰਾ ਆ, ਫਿਰ ਉਹਦਾ ਕੀ ਅਗਲਾ ਸਟੈਪ ਹੋਊਗਾ? ਵੇਖੋ ਜੀ, ਇਹਦੇ ਵਿੱਚ ਸਟੈਪ ਸਾਡਾ ਅਗਲਾ ਦੇ ਵਿੱਚ ਸੰਘਰਸ਼ ਹੁੰਦਾ ਜੀ। ਜੀ, ਅਸੀਂ ਪਹਿਲੀ ਵਾਰੀ ਸੰਘਰਸ਼ ਨਹੀਂ ਕਰਨ ਲੱਗੇ ਜੀ। 7 ਸਤੰਬਰ 2016 ਨੂੰ ਜਦ ਅਸੀਂ ਆਪਣੇ ਪੰਜਾਬ ਦੇ ਲੋਕ ਸੰਪਰਕ ਮੰਤਰੀ ਨੂੰ ਇੱਕ ਮੰਗ ਪੱਤਰ ਦੇਣ ਗਏ ਸੀ, ਪੱਤਰਕਾਰ 'ਤੇ ਲਾਠੀਚਾਰਜ ਹੋਇਆ ਸੀਗਾ ਜੀ। ਉਸ ਲਾਠੀਚਾਰਜ ਪੱਤਰਕਾਰ ਵੀ ਫੱਟੜ ਹੋਏ ਸੀਗੇ ਅਤੇ ਫੱਟੜ ਹੋਣ ਤੋਂ ਇੱਕ ਸਾਡਾ ਪੱਤਰਕਾਰ ਬੜੀ ਮੁਸ਼ਕਲ ਨਾਲ ਬਚਿਆ ਸੀ ਉਦੋਂ ਜੀ। ਅਤੇ ਮੈਂ ਇਹ ਕਹਿੰਦਾ ਸੀ ਸੰਘਰਸ਼ ਕਰਨਾ ਜਾਣਦੇ ਹਾਂ ਅਤੇ ਉਹਦਾ ਇੰਨਾ ਕੁ ਰੌਲਾ ਪੈ ਗਿਆ ਸੀਗਾ ਜੀ। ਈਵਨ ਉਸ ਟਾਈਮ ਦੇ ਉੱਤੇ ਜਿਹੜੇ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਸਨ ਜੀ, ਉਹਨਾਂ ਨੇ ਵੀ ਘਟਨਾ ਦੀ ਨਿਖੇਧੀ ਕੀਤੀ ਸੀ ਲੁਧਿਆਣੇ ਦੇ ਵਿੱਚ, ਨਾਲ ਕਿਹਾ ਸੀ ਸਰਕਾਰ ਨੂੰ ਵੀ ਜਿਹੜੇ ਦੋਸ਼ੀ ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇ ਜੀ। ਭਾਵੇਂ ਉਹ ਕਾਰਵਾਈ ਅੱਜ ਤੱਕ ਨਹੀਂ ਹੋਈ, ਕੈਪਟਨ ਅਮਰਿੰਦਰ ਸਿੰਘ ਉਦੋਂ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ, ਵਿਰੋਧ ਨਾਲ ਉਹ MP ਹੁੰਦੇ ਸੀਗੇ ਜੀ, ਉਹਨਾਂ ਵੀ ਉਸ ਟਾਈਮ 'ਤੇ ਇਹਦੀ ਨਿਖੇਧੀ ਕੀਤੀ ਸੀ, ਸਰਕਾਰ 'ਤੇ ਦਬਾਅ ਪਾਇਆ ਸੀ ਵੀ ਕਾਰਵਾਈ ਕੀਤੀ ਜਾਵੇ ਜੀ। ਉਸ ਟਾਈਮ 'ਤੇ ਅਗਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਨੂੰ ਅਖਬਾਰ 'ਚ ਮਾਫ਼ੀ ਮੰਗਣੀ ਪਈ ਸੀ ਵੀ ਘਟਨਾ ਵਾਪਰੀ ਹੈ, ਮੰਦਭਾਗੀ, ਅਸੀਂ ਮਾਫ਼ੀ ਚਾਹੁੰਦੇ ਇਹਦੇ 'ਤੇ। ਬਿਕਰਮ ਸਿੰਘ ਮਜੀਠੀਆ ਨੂੰ ਮੈਨੂੰ ਫੋਨ ਕਰਕੇ ਮਾਫ਼ੀ ਮੰਗਣੀ ਪਈ ਸੀ ਜੀ, ਲੇਕਿਨ ਭਾਵੇਂ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਨਹੀਂ ਹੋਗੀ ਅਤੇ ਸਾਡੀ ਕਿਹੜੀ ਕਿਸੇ ਦੁਸ਼ਮਣੀ ਆ ਜੀ? ਸਾਡੀ ਕਹਿੰਦਾ ਕੋਈ ਜਾਤੀ ਜਾਂ ਨਿੱਜੀ ਦੁਸ਼ਮਣੀ ਨਹੀਂ, ਨਾ ਕੋਈ ਸਿਆਸੀ ਦੁਸ਼ਮਣੀ ਆ, ਅਸੀਂ ਆਪਣਾ ਕੰਮ ਕਰਨਾ, ਜੇ ਕਿਸੇ ਨੂੰ ਗਲਤੀ ਹੋਈ ਤਾਂ ਗਲਤੀ ਕਰਕੇ ਆਪਣੀ ਗਲਤੀ ਮੰਨ ਲੈਣਾ ਜਿਹੜਾ ਵੱਡਾਪਣ ਹੁੰਦਾ ਵਾ। ਬਿਲਕੁਲ। ਅਤੇ ਜੇ ਇਹ ਨਹੀਂ ਮੰਨਦੇ ਤਾਂ ਫਿਰ ਫੁਕਰਾਪੰਥੀ ਕਹਾਂਗੇ, ਫੁਕਰਾਪੰਥੀ ਕਰ ਰਹੇ ਆ, ਅਤੇ ਅਸੀਂ BJP ਦੇ ਆਗੂਆਂ ਨੂੰ ਕਹਾਂਗੇ ਤੁਹਾਡੀ ਡਿਸਿਪਲਿਨ ਪਾਰਟੀ ਮੰਨੀ ਜਾਂਦੀ ਸੀ ਕਿਸੇ ਵੇਲੇ, ਅੱਜ ਭਾਵੇਂ ਨਹੀਂ ਰਹੀ, ਲੇਕਿਨ ਇਹਨੂੰ ਉਸੇ ਡਿਸਿਪਲਿਨ 'ਚ ਫਿਰ ਲਿਆਓ ਤਾਂ ਕਿ ਤੁਸੀਂ ਦੇਸ਼ ਦੀ ਰਾਜ ਕਰਨੀ ਪਾਰਟੀ ਉੱਤੇ ਗਾਂਹ ਤੁਸੀਂ ਤਰੱਕੀ ਕਰਨੀ ਆ। ਜੇ ਨਹੀਂ ਕਰਦੇ ਤਾਂ ਪਰ ਜਿਹੜੀ ਪੱਤਰਕਾਰ ਭਾਈ ਜੀ ਨੇ ਮੋਰਚਾ ਖੋਲ੍ਹ ਦਿੱਤਾ ਤਾਂ ਫਿਰ ਤੁਹਾਨੂੰ 2022 'ਚ ਇਹਦੇ ਨਤੀਜੇ ਭੁਗਤ ਉਸੇ ਤਰ੍ਹਾਂ ਭੁਗਤਣੇ ਪੈਣਗੇ ਜਿਸ ਤਰ੍ਹਾਂ 2017 ਦੇ 'ਚ ਅਕਾਲੀਆਂ ਨੂੰ ਭੁਗਤਣੇ ਪਏ ਆ। ਇਸ ਕਰਕੇ ਅਸੀਂ ਭੁਪਿੰਦਰ ਸਿੰਘ ਸੱਜਣ ਦੇ ਨਾਲ ਖੜ੍ਹੇ ਹਾਂ, ਜੇ ਲੋੜ ਪਈ ਅਸੀਂ ਮੋਰਚਾ ਲਵਾਂਗੇ ਸਾਰੇ ਪੰਜਾਬ 'ਚ ਲਵਾਂਗੇ, ਲੋੜ ਪਈ ਤਾਂ ਦਿੱਲੀ ਜਾ ਕੇ ਸਾਨੂੰ ਧਰਨਾ ਦੇਣਾ ਤਾਂ ਉੱਥੇ ਵੀ ਦੇਵਾਂਗੇ ਅਸੀਂ ਜੀ। ਧੰਨਵਾਦ ਜੀ।